स्टूडेंट्स, आई एम जीडीएस सोनी, डायरेक्टर ऑफ इंजीनियर्स करे ग्रुप। मैं इस वीडियो ਜਿਹੜੀ ਗੱਲ ਕਰ ਰਹਾ ਹੈਗਾ ਉਹ ਪੀਪੀਐਸਸੀ ਐਸਡੀ ਦੇ ਮੌਕ ਇੰਟਰਵਿਊ ਨੂੰ ਲੈ ਕੇ ਹੈਗੀ ਹੈ। ਸੋ ਤਾਂ ਮੈਂ ਲਾਸਟ ਵੀਡੀਓ 'ਚ ਦੱਸਿਆ ਸੀਗਾ ਕਿ ਪੀਪੀਐਸਸੀ ਨੇ ਜਿਹੜਾ ਹੈਗਾ 6 ਦਸੰਬਰ ਤੋਂ ਜਿਹੜੇ ਪੀਪੀਐਸਸੀ ਦੇ ਜਿਹੜੇ ਇੰਟਰਵਿਊਜ਼ ਨੇ ਉਹ ਕੰਡਕਟ ਹੋਣੇ ਸ਼ੁਰੂ ਹੋ ਰਹੇ ਨੇ। ਸੋ ਇਹਦੇ ਹੀ ਧਿਆਨ 'ਚ ਰੱਖਦੇ ਹੋਏ ਇੰਜੀਨੀਅਰਸ ਕਰੀ ਗਰੁੱਪ ਨੇ ਜਿਹੜਾ ਹੈਗਾ ਪੀਪੀਐਸਸੀ ਐਸਡੀ ਦੇ ਮੌਕ ਇੰਟਰਵਿਊ ਜਿਹੜੇ ਹੈਗੇ ਨੇ ਉਹ ਅਨਾਊਂਸ ਕੀਤੇ ਸੀਗੇ। ਮੌਕ ਇੰਟਰਵਿਊ ਜਿਹੜੇ ਹੈਗੇ ਨੇ ਉਹ ਸਟਾਰਟ ਹੋ ਰਹੇ ਨੇ 25 ਨਵੰਬਰ 2021 ਤੋਂ ਲੈ ਕੇ 29 ਨਵੰਬਰ 2021 ਤੱਕ ਇਹ ਮੌਕ ਇੰਟਰਵਿਊ ਪ੍ਰੋਸੈਸ ਪੂਰਾ ਚੱਲਣਾ ਹੈਗਾ। ਇਹਦੇ ਤੁਹਾਡਾ ਬਿਹੇਵੀਅਰ ਕਲਾਸਿਸ ਵੀ ਹੋਣਗੀਆਂ, ਪ੍ਰੈਕਟਿਸ ਮੌਕ ਵੀ ਹੋਣਗੇ, ਫਾਈਨਲ ਮੌਕ ਵੀ ਹੋਣਗੇ। ਤੁਹਾਨੂੰ ਪੂਰਾ 5 ਡੇਜ਼ ਦਾ ਇੱਕ ਪੂਰਾ ਜਿਹੜਾ ਕਰਿਕੁਲਮ ਬਣਾਇਆ ਹੈਗਾ, ਇਸ ਕਰਿਕੁਲਮ ਦੇ ਵਿੱਚ ਤੁਹਾਨੂੰ ਪੂਰਾ ਪ੍ਰੋਪਰ ਤਿਆਰ ਕੀਤਾ ਜਾਏਗਾ ਪੀਪੀਐਸਸੀ ਐਸਡੀ ਦੇ ਰਗਜ਼ਾ ਜਿਹੜਾ ਇੰਟਰਵਿਊ ਹੋਣਾ ਉਹਦੇ ਹਿਸਾਬ ਨਾਲ ਹੀ। ਸੋ ਬਹੁਤ ਸਾਰੇ ਬੱਚੇ ਮੈਨੂੰ ਕੁਐਰੀਜ਼ ਆ ਰਹੀਆਂ ਨੇ, ਉਹਨਾਂ ਕੁਐਰੀਜ਼ ਤੋਂ ਉੱਪਰ ਮੈਂ ਕੁਝ ਰਿਲੇਟਡ ਹੈ ਵੀਡੀਓ ਹੈਗੀ ਹੈ। ਸੋ ਬਹੁਤ ਸਾਰੇ ਬੱਚਿਆਂ ਨੂੰ ਜਿਨ੍ਹਾਂ ਦੇ ਨੰਬਰ ਬਹੁਤ ਜ਼ਿਆਦਾ ਨੇ ਉਹਨਾਂ ਨੂੰ ਇਹ ਲੱਗ ਰਿਹਾ ਹੈਗਾ ਕਿ ਮੇਰੀ ਤਾਂ ਆਲਰੇਡੀ ਨੰਬਰ ਮੈਂ ਟੌਪ ਪੋਜੀਸ਼ਨ 'ਚ ਹੈਗਾ, ਸੋ ਮੈਨੂੰ ਬਹੁਤ ਜ਼ਿਆਦਾ ਇੰਟਰਵਿਊਜ਼ ਉੱਪਰ ਜ਼ਿਆਦਾ ਇਫੈਕਟ ਪੈਣਾ ਨਹੀਂ ਹੈਗਾ। ਸੋ ਬੱਚੇ, ਮੈਂ ਤੁਹਾਨੂੰ ਦੱਸਦਾ ਕਿ ਇੰਟਰਵਿਊ ਇੱਕ ਬਹੁਤ ਵੱਡਾ ਕਾਲ ਹੁੰਦੀ ਹੈ ਜਿਹਦੇ ਵਿੱਚ ਤੁਹਾਡੀ ਪਰਸਨੈਲਿਟੀ ਟੈਸਟ ਹੁੰਦੀ ਹੈ। ਅਗਰ ਉਹ ਸਾਨੂੰ ਇਹ ਲੱਗਿਆ ਹੈਗਾ ਕਿ ਤੁਸੀਂ ਐਸ ਡੀ ਓ ਬਣਨ, ਜਿਹੜੀ ਤੁਹਾਡੀ ਪਰਸਨੈਲਿਟੀ ਉਹ ਐਸ ਡੀ ਓ ਦੀ ਸੀਟ ਦੇ ਬੈਠਣ ਲਾਇਕ ਨਹੀਂ ਹੈਗੀ, ਚਾਹੇ ਤੁਸੀਂ ਟੋਪਰ ਵੀ ਹੋਏ ਤਾਂ ਵੀ ਉਹਨਾਂ ਨੰਬਰ ਜਿਹੜੇ ਹੈਗੇ ਤੁਹਾਨੂੰ ਮਿਨੀਮਮ ਮਾਰਕ ਜਿਹੜੇ ਹੈ ਉਹ ਦੇ ਦੇਣੇ ਹੈਗੇ ਆ। ਸੋ ਇੰਟਰਵਿਊ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਔਰ ਸੈਕਿੰਡ ਕੈਟੇਗਰੀ ਦੇ ਬੱਚੇ ਹੈਗੇ ਨੇ ਜਿਨ੍ਹਾਂ ਨੂੰ ਇਹ ਲੱਗ ਰਿਹਾ ਸਾਡੇ ਮਾਰਕਸ ਬਹੁਤ ਪਿੱਛੇ ਨੇ, ਮਤਲਬ ਮੈਰਿਟ 'ਚ ਆਪਾਂ ਲਾਸਟ ਵਿੱਚ ਹੈਗੇ ਆ। ਸੋ ਤੁਹਾਡੇ ਅਗਰ ਤੁਸੀਂ ਮੈਰਿਟ ਲਾਸਟ ਵਿੱਚ ਹੈਗੇ ਹੋ ਬਟ ਅਗਰ ਤੁਸੀਂ ਇੰਟਰਵਿਊ ਚੰਗੀ ਤਰ੍ਹਾਂ ਅਪੀਅਰ ਕਰਦੇ ਹੋ ਔਰ ਇੰਟਰਵਿਊ ਤੁਸੀਂ ਮੈਕਸੀ ਮਾਰਕਸ ਲੈ ਲੈਂਦੇ ਹੋ ਤਾਂ ਤੁਸੀਂ ਉਹ ਲਾਸਟ ਲਿਸਟ ਉੱਟ ਕੇ ਪਹਿਲੇ ਨੰਬਰ ਤੇ ਆ ਜਾਓਗੇ। ਸੋ ਇਹ ਵਾਈਸ ਵਰਸਾ ਹੋ ਸਕਦਾ ਹੈਗਾ ਕਿ ਜਿਹੜੇ ਪਹਿਲੇ ਵਾਲੇ ਬੱਚੇ ਨੇ ਉਹ ਲਾਸਟ ਵਿੱਚ ਪਹੁੰਚ ਜਾਣ, ਲਾਸਟ ਵਾਲੇ ਬੱਚੇ ਨੇ ਪਹਿਲੇ ਪਹੁੰਚ ਜਾਣ। ਸੋ ਇਸ ਚੀਜ਼ ਦਾ ਬਿਲਕੁਲ ਵੀ ਰਿਸਕ ਨਾ ਲਓ। ਜਿਹੜਾ ਇੰਜੀਨੀਅਰਸ ਕਰੀ ਗਰੁੱਪ ਮੌਕ ਕੰਡਕਟ ਕਰਵਾ ਰਿਹਾ ਹੈ ਇਹ ਐਸ ਪਰ ਦਾ ਪੀਪੀਐਸਸੀ ਨੇ ਕਰਵਾ ਰਿਹਾ, ਆਪਾਂ ਕੋਈ ਵੀ ਟਾਈਮ ਪਾਸ ਟਾਈਪ ਵਾਲੇ ਮੌਕ ਇੰਟਰਵਿਊ ਨਹੀਂ ਕੰਡਕਟ ਕਰਵਾ ਰਹੇ। ਬਹੁਤ ਸਾਰੇ ਬੱਚੇ ਕਹਿ ਰਹੇ ਨੇ ਸਰ ਇਦਾਂ ਹੋਇਆ ਉਦਾਂ ਹੋਇਆ, ਮੈਂ ਸਾਰੇ ਬੱਚਿਆਂ ਨੂੰ ਕਹਿ ਰਿਹਾ ਬੱਚੇ ਜਿਹੜਾ ਪੈਨਲ ਵੀ ਆ ਰਿਹਾ ਦੇ ਆਰ ਵੈਰੀ ਐਕਸਪਰਟ ਪਰਸਨਸ ਜਿਨ੍ਹਾਂ ਨੇ ਆਲਰੇਡੀ ਬਹੁਤ ਸਾਰੇ ਇੰਟਰਵਿਊ ਜਿਹੜੇ ਹੈਗੇ ਨੇ ਉਹ ਕੰਡਕਟ ਕਰਵਾਏ ਹੋਏ ਨੇ। ਦੇ ਕੈਨ ਗਾਈਡ ਯੂ ਫਰੋਮ ਦਾ ਬੇਸਿਕਸ ਟੂ ਐਡਵਾਂਸ, ਤੁਹਾਨੂੰ ਪੂਰਾ ਬੇਸਿਕ ਤੋਂ ਲੈ ਕੇ ਐਡਵਾਂਸ ਦਾ ਗਾਈਡ ਕੀਤਾ ਜਾਏਗਾ। ਸੋ ਇਹ ਇੰਟਰਵਿਊ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਤੁਸੀਂ ਫਾਈਨਲ ਇੰਟਰਵਿਊ ਅਪੀਅਰ ਹੋਣ ਤੋਂ ਪਹਿਲਾਂ ਇਹ ਮੌਕ ਸੀਰੀਜ਼ ਜਿਹੜੀ ਹੈਗੀ ਆ ਜ਼ਰੂਰ ਜੁਆਇਨ ਕਰੋ। ਆਈ ਪਰਸਨਲੀ ਗਰੰਟੀ ਯੂ ਕਿ ਇਹ ਤੁਹਾਨੂੰ 100% ਜਿਹੜਾ ਹੈਗਾ ਤੁਹਾਨੂੰ ਇੰਪਰੂਵ ਕਰੇਗਾ ਹੀ ਕਰੇਗਾ, ਬਿਕੋਜ਼ ਬਹੁਤ ਸਾਰੇ ਇਹਦੇ ਨੈਗੇਟਿਵ ਪੁਆਇੰਟ ਹੁੰਦੇ ਨੇ ਜਿਹੜੇ ਆਪਾਂ ਆਪਣੇ ਅੰਦਰ ਨਹੀਂ ਦੇਖ ਪਾਉਂਦੇ, ਪਰ ਸਾਹਮਣੇ ਵਾਲਾ ਜਿਹੜਾ ਹੁੰਦਾ ਜੋ ਸਾਹਮਣੇ ਦਾ ਐਕਸਪੀਰੀਅੰਸ ਬੰਦਾ ਬੈਠਾ ਹੁੰਦਾ ਉਹ 1 ਮਿੰਟ ਵਿੱਚ ਪਛਾਣ ਲੈਂਦਾ ਹੈਗਾ ਤੁਹਾਡੇ ਵਿੱਚ ਕਿਹੜੀ ਕਿਹੜੀ ਕਮੀਆਂ ਨੇ। ਅਗਰ ਉਹੀ ਲੋਕ ਜਿਹੜੇ ਆਲਰੇਡੀ ਇੰਟਰਵਿਊਜ਼ ਲੈ ਚੁੱਕੇ ਨੇ ਜਾਂ ਜਿਹੜੇ ਇੰਟਰਵਿਊ ਕੰਡਕਟ ਕਰਵਾਉਂਦੇ ਨੇ ਉਹ ਲੋਕ ਤੁਹਾਨੂੰ 1 ਮਿੰਟ ਦੱਸ ਦੇਣਗੇ ਤੁਸੀਂ ਕਿੱਥੇ ਸਟੈਂਡ ਕਰ ਰਹੇ ਹੈਗੇ ਹੋ, ਤੁਹਾਨੂੰ ਕਿਹੜੀ ਕਿਹੜੀ ਪੁਆਇੰਟ ਜਿਹੜੇ ਹੈ ਜਿਹਦੇ ਇੰਪਰੂਵਮੈਂਟ ਕਰਨ ਦੀ ਲੋੜ ਹੈਗੀ ਹੈ। ਸੋ ਮੌਕ ਇੰਟਰਵਿਊ ਨੂੰ ਜ਼ਰੂਰ ਜੁਆਇਨ ਕਰੋ। ਮੌਕ ਇੰਟਰਵਿਊ ਜਿਹੜੇ ਹੈਗੇ ਨੇ 25 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਕਰਵਾਏ ਜਾ ਰਹੇ ਹੈ। ਇਹਦੇ ਲਈ ਤੁਸੀਂ ਜਿਹੜਾ ਹੈਗਾ ਹੈਲਪਲੈਕਸ ਨੰਬਰ ਤੇ 9855745444 ਤੇ ਜਾ ਕੇ ਪੂਰੀ ਜਾਣਕਾਰੀ ਜਿਹੜੀ ਹੈ ਤੁਸੀਂ ਲੈ ਸਕਦੇ ਹੈਗੇ ਹੋ। ਆਲਰੇਡੀ ਸਟੂਡੈਂਟ ਰਜਿਸਟਰਡ ਹੋ ਰਹੇ ਨੇ। ਸੋ ਤੁਸੀਂ ਅਗਰ ਇਹ ਸੋਚ ਰਹੇ ਹੋ ਮੈਂ ਲਾਸਟ ਸਟੂਡੈਂਟ ਹਾਂ, ਮੈਂ ਫਸਟ ਸਟੂਡੈਂਟ ਹਾਂ ਜਾਂ ਮੀਡੀਓਕਰ ਸਟੂਡੈਂਟ ਹਾਂ, ਕੋਈ ਵੀ ਸਟੇਜ ਤੁਸੀਂ ਬੈਠੇ ਹੋ, ਫਾਈਨਲ ਸਿਲੈਕਸ਼ਨ ਦੇਖੋ ਤੁਹਾਡਾ ਜਿਹੜਾ ਹੈਗਾ ਉਹ ਇੰਟਰਵਿਊ ਦੇ ਉੱਪਰ ਬਹੁਤ ਜ਼ਿਆਦਾ ਡਿਪੈਂਡੈਂਟ ਹੈਗਾ। ਤੁਸੀਂ ਇੰਨੀ ਮਿਹਨਤ ਕਰਕੇ ਇੰਨਾ ਪੜ੍ਹ ਕੇ ਐਸ ਡੀ ਓ ਦਾ ਪੇਪਰ ਹੈਗਾ ਉਹ ਕੁਆਲੀਫਾਈ ਕੀਤਾ ਹੈਗਾ, ਸਿਰਫ ਇੱਕ ਇੰਟਰਵਿਊ ਦੀ ਤਿਆਰੀ ਨਾ ਕਰਕੇ ਆਪਣੇ ਆਪ ਦੀ ਪਰਸਨੈਲਿਟੀ ਨੂੰ ਜਿਹੜਾ ਹੈਗਾ ਉਹ ਇੰਪਰੂਵ ਨਾ ਕਰਕੇ ਅਗਰ ਤੁਹਾਡਾ ਇੰਟਰਵਿਊ ਰਹਿ ਜਾਂਦਾ ਉਹ ਤੁਸੀਂ ਅਫਸਰ ਬਣਨ ਤੋਂ ਜਿਹੜੀ ਹੈਗੀ ਹੈ ਜਸਟ ਇੱਕ ਸਟੈਪ ਪਿੱਛੇ ਹੈਗੇ ਹੋ। ਸੋ ਮੇਰੀ ਤੁਹਾਡੀ ਸਾਰਿਆਂ ਨੂੰ ਇਹ ਅਪੀਲ ਹੈਗੀ ਹੈ ਕਿ ਅਗਰ ਤੁਹਾਡਾ ਇੰਟਰਨਲ ਐਗਜ਼ਾਮ ਵੀ ਕੁਆਲੀਫਾਈ ਹੈ ਤਾਂ ਤੁਸੀਂ ਮੌਕ ਇੰਟਰਵਿਊ ਜ਼ਰੂਰ ਦਿਵੋ। ਸਪੈਸੀਫਿਕਲੀ ਤੁਹਾਡੇ ਲਈ ਇੱਕ ਸਿਰਫ ਪੀਪੀਐਸਸੀ ਐਸਡੀ ਦੇ ਹਿਸਾਬ ਨਾਲ ਹੀ ਮੌਕ ਇੰਟਰਵਿਊ ਕਰਵਾਏ ਜਾ ਰਹੇ ਨੇ, ਉਸੇ ਟਾਈਮ ਫਰੇਮ ਨੂੰ ਧਿਆਨ ਰੱਖਦੇ ਹੋਏ ਉਹੀ ਪੂਰਾ ਫੋਕਸ ਜਿਹੜਾ ਇੰਟਰਵਿਊ ਵਾਲਾ ਮਾਹੌਲ ਹੁੰਦਾ ਉਹਦਾ ਹੀ ਤੁਹਾਨੂੰ ਕਰਵਾਇਆ ਜਾਏਗਾ। ਸੋ ਤੁਸੀਂ ਜਲਦੀ ਜਲਦੀ ਮੌਕ ਇੰਟਰਵਿਊ ਲਈ ਰਜਿਸਟਰ ਕਰ ਲਓ। ਇਹ ਮੌਕ ਇੰਟਰਵਿਊ 25 ਤੋਂ ਸਟਾਰਟ ਹੋ ਰਹੇ ਨੇ। ਸੋ ਇਹਦੇ ਲਈ ਤੁਸੀਂ ਚੰਡੀਗੜ੍ਹ ਮੂਵ ਕਰਨਾ ਹੈਗਾ, ਬਿਕੋਜ਼ ਇਹ ਜਿਹੜਾ ਮੌਕ ਇੰਟਰਵਿਊ ਕਰਵਾਏ ਜਾ ਰਹੇ ਨੇ ਚੰਡੀਗੜ੍ਹ ਵਿੱਚ ਕਰਵਾਏ ਜਾਣਗੇ। ਸੋ ਤੁਹਾਨੂੰ ਚੰਡੀਗੜ੍ਹ ਮੂਵ ਕਰਨਾ ਪਏਗਾ। ਜਿਹੜਾ ਤੁਹਾਡਾ 4-5 ਦਿਨ ਦਾ ਰਹਿਣ ਦਾ ਅਰੇਂਜਮੈਂਟ ਹੈਗਾ ਉਹ ਮਿਨੀਮਮ ਟੂ ਮਿਨੀਮਮ ਕੋਸਟ ਵੀ ਜਿਹੜਾ ਹੈਗਾ ਆਪਾਂ ਕਰਵਾ ਦਾਂਗੇ। ਸੋ ਤੁਹਾਨੂੰ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਬਹੁਤ ਸਾਰੇ ਬੱਚਿਆਂ ਨੂੰ ਇਹਦਾ ਲੱਗ ਰਿਹਾ ਹੈਗਾ ਪਤਾ ਨਹੀਂ ਮੈਂ 4-5 ਦਿਨ ਲਈ ਉੱਥੇ ਜਾਵਾਂਗਾ ਤਾਂ ਵੀ ਮੈਨੂੰ ਪੂਰੇ ਮਹੀਨੇ ਦਾ ਪੀਜੀ ਦਾ ਕਿਰਾਇਆ ਦੇਣਾ ਪਏਗਾ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਤੁਹਾਡਾ ਜਿਹੜਾ 4-5 ਦਿਨ ਦਾ ਹੀ ਸਿਰਫ ਜਿਹੜਾ ਐਕਸਪੈਂਸ ਆ ਉਹ ਰਹਿਣ ਦਾ, ਖਾਣ ਦਾ, ਪੀਣ ਦਾ ਆਪਾਂ ਤੁਹਾਡਾ ਇੰਤਜ਼ਾਮ ਸਾਰਾ ਕਰ ਦਾਂਗੇ। ਸੋ ਤੁਸੀਂ ਬਿਲਕੁਲ ਟੈਨਸ਼ਨ ਫ੍ਰੀ ਹੋ ਕੇ, ਮਾਈਂਡ 'ਚ ਬਿਲਕੁਲ ਫ੍ਰੀ ਹੋ ਕੇ ਇਹ ਸਟ੍ਰੈਸ ਲੈ ਕੇ ਨਹੀਂ ਆਉਣਾ ਕਿ ਮੈਂ ਰਹਾਂਗਾ ਕਿੱਥੇ। ਇਹਦੇ ਲਈ ਤੁਸੀਂ ਪੂਰੀ ਜਾਣਕਾਰੀ ਜਿਹੜੀ ਹੈਲਪਲੈਕਸ ਨੰਬਰ 9855745444 ਤੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ, ਤੁਹਾਡੇ ਲਈ ਸਾਰੇ ਅਰੇਂਜਮੈਂਟ ਜਾਣਨੇ। ਤੁਸੀਂ
ਸਿਰਫ ਰਜਿਸਟਰ ਕਰਕੇ ਆਪਣਾ ਕੱਲ ਜਿਹੜਾ ਬੁੱਧਵਾਰ ਜਿਹੜਾ ਹੋਏਗਾ 24 ਤਰੀਕ ਨੂੰ ਜਿਹੜਾ ਹੈਗਾ ਆਪਣਾ ਬੋਰੀਆ ਬਿਸਤਰਾ ਪੈਕ ਕਰਕੇ ਬਸ ਪਹੁੰਚ ਜਾਓ ਇੱਥੇ। ਠੀਕ ਹੈ ਜੀ, ਤੁਹਾਡੇ ਲਈ ਪੂਰਾ ਇੰਤਜ਼ਾਮ ਜਿਹੜਾ ਇੱਥੇ ਕੀਤਾ ਹੋਇਆ, ਪ੍ਰੋਪਰ ਫਸਟ ਕਲਾਸ ਟਾਈਪ ਦੇ ਮੋਕ ਇੰਟਰਵਿਊਸ ਤੁਹਾਡੇ ਲਈ ਕੰਡਕਟ ਕਰਵਾਏ ਜਾ ਰਹੇ ਨੇ। ਸੋ ਤੁਸੀਂ ਇੱਥੇ ਆ ਕੇ ਪਰਸਨਲੀ ਮੈਨੂੰ ਵੀ ਮਿਲ ਸਕਦੇ ਹੋ, ਤੁਹਾਡੀ ਵੀ ਹੋਰ ਪਰਸਨਲੀ ਕੁਐਰੀਜ਼ ਹੋਣਗੀਆਂ ਉਹ ਵੀ ਆਪਾਂ ਉਹਨੂੰ ਸੋਲਡ ਆਊਟ ਕਰਦੇ ਰਹਾਂਗੇ। ਸੋ ਜਲਦੀ ਹੀ ਜਿਹੜਾ ਹੈਗਾ ਮੋਕ ਇੰਟਰਵਿਊਸ ਵੀ ਮਿਲਦੇ ਹਨ। ਥੈਂਕ ਯੂ ਵੈਰੀ ਮਚ।